ਪੰਜਾਬ ਵਿੱਚ ਮੌਸਮ ਲਗਾਤਾਰ ਕਰਵਟ ਲੈ ਲਿਆ। ਕਦੇ ਧੁੱਪ ਕਦੇ ਮੀਂਹ ਤੇ ਹੁਣ ਇੱਕੋਦਮ ਪਈ ਧੁੰਦ ਨੇ ਸਭ ਨੂੰ ਪਰੇਸ਼ਾਨੀ ਵਿੱਚ ਪਾ ਦਿੱਤਾ। ਇਹ ਤਸਵੀਰਾਂ ਮਮਦੌੜਦੀਆਂ ਨੇ ਜਿੱਥੇ ਧੁੰਦ ਦੇ ਕਾਰਨ ਵਾਹਨਾਂ ਦੀ ਰਫ਼ਤਾਰ ਘੱਟ ਗਈ ਹੈ। ਵਾਹਨਾਂ ਨੂੰ 10 ਤੋਂ 15 ਦੀ ਸਪੀਡ ਤੇ ਚੱਲਣਾ ਪੈ ਰਿਹਾ। ਵਾਹਨ ਚਾਲਕਾਂ ਮੁਤਾਬਕ ਫਿਰੋਜ਼ਪੁਰ ਤੋਂ ਮਮਦੌੜ ਦੀ 1.5 ਘੰਟੇ ਦੀ ਦੂਰੀ ਨੂੰ ਧੁੰਦ ਦੇ ਕਾਰਨ 1 ਘੰਟੇ ਵਿੱਚ ਤੈਅ ਕਰਨਾ ਪੈ ਰਿਹਾ, ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈ ਤੇ ਸੁਰੱਖਿਆ ਨੂੰ ਲੈ ਕੇ ਵਾਹਨ ਬਹੁਤ ਹੌਲੀ ਚਲਾਉਣੇ ਪੈ ਰਹੇ ਨੇ। ਧੁੰਦ ਬਹੁਤ ਪੈ ਰਹੀ ਹੈ ਜੀ, ਆਹ ਵੇਖ ਲਓ ਜੀ, ਦੇਖ ਤਾਂ ਕੁਛ ਨਹੀਂ ਪਿਆ ਅਤੇ ਆਹ ਤੁਹਾਡੇ ਸਾਹਮਣੇ ਜੀ ਕੁਛ ਵੀ ਵਾਹਨ ਜਿੰਨੇ ਵੀ ਆਉਣ ਰਹੇ ਨੇ ਲਾਈਟਾਂ ਜਗਾ ਕੇ ਆਉਣ ਰਹੇ ਨੇ, ਬਿਲਕੁਲ ਸਲੋ ਆ ਰਹੇ ਨੇ, ਕੋਈ 10-20 ਦੀ ਸਪੀਡ ਆ, ਕੋਈ ਜ਼ਿਆਦਾ ਸਪੀਡ ਨਹੀਂ ਹੈਗੀ, ਬਹੁਤ ਜ਼ਿਆਦਾ ਠੰਡ ਆ ਰਹੀ, ਧੁੰਦ ਬਹੁਤ ਆ, ਠੰਡ ਤਾਂ ਹੈਗੀ ਨਾਲ ਧੁੰਦ ਵਾਧੂ ਹੈਗੀ ਅਤੇ ਦਿਸਦਾ ਹੀ ਕੋਈ ਨਹੀਂ ਪਿਆ। ਫਿਰ ਕਿਵੇਂ ਜਾ ਰਹੇ ਹੋ? ਬਸ ਹੌਲੀ ਹੌਲੀ, ਬਸ 5-10 ਦੀ ਸਪੀਡ 'ਤੇ ਜਾ ਜਾ ਰਹਾ। ਬਹੁਤ ਧੁੰਦ ਹੈ ਅੱਜ ਕੰਮ, ਬਹੁਤ ਜ਼ਿਆਦਾ ਧੁੰਦ, ਕਿਹੜਾ 1.5 ਘੰਟੇ ਦਾ ਸਫ਼ਰ, 1.5 ਘੰਟਾ ਲੱਗ ਗਿਆ ਆਉਣ ਲੱਗੇ ਫਿਰੋਜ਼ ਕੋਲੋਂ ਮੁੰਦੋੜ। ਅਤੇ ਕਿਸ ਤਰ੍ਹਾਂ ਫਿਰ ਆਏ ਤੁਸੀਂ? ਮੈਂ ਕਹਿੰਦਾ ਲਾਈਟਾਂ ਜਗਾ ਕੇ ਆਏ ਹਾਂ, ਹੌਲੀ ਹੌਲੀ ਆਏ, ਬਾਹਰ ਮੂੰਹ ਕੱਢ ਕੇ ਆਏ ਹਾਂ, ਫਿਰ ਜਾ ਕੇ ਆਪਾਂ ਪਹੁੰਚੇ ਹਾਂ ਜੀ। ਬਹੁਤ ਠੰਡ ਹੈ ਜੀ। ਦੂਜੇ ਪਾਸੇ ਤਲਵੰਡੀ ਸਾਬੋ ਵਿੱਚ ਵੀ ਸਵੇਰ ਸਮੇਂ ਭਾਰੀ ਧੁੰਦ ਦੇਖਣ ਨੂੰ ਮਿਲੀ, ਜਿਸ ਦੇ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਖੇਤਾਂ ਵਿੱਚ ਵੀ ਕੋਹਰਾ ਜੰਮਿਆ ਦਿਖਾਈ ਦੇ ਰਿਹਾ। ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ ਜੀ, ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ। ਠੰਡ ਕਿੰਨੀ? ਠੰਡ ਬਹੁਤ ਜ਼ਿਆਦਾ। ਕਿੰਨਾ ਕੁ ਦਿਖਦਾ? ਕਿੰਨਾ ਦਿਸਦਾ ਨਹੀਂ, ਦਿਖਾਈ ਨਹੀਂ ਦੇ ਰਿਹਾ ਜੀ। ਹਾਂਜੀ, ਧੁੰਦ ਦਾ ਤੁਸੀਂ ਵੇਖ ਹੀ ਰਹੇ ਹੋ ਕਿ ਚਾਰੇ ਪਾਸੇ ਧੁੰਦ ਛਾਈ ਪਈ ਹੈ ਅਤੇ ਬੰਦੇ ਨੂੰ ਦੇਖਿਆ ਜਾਵੇ ਤਾਂ ਅੱਗੇ ਕੁਝ ਵੀ ਨਹੀਂ ਦਿੰਦਾ। ਠੰਡ ਬਹੁਤ ਜ਼ਿਆਦਾ ਹੈ? ਠੰਡ ਕਾਫ਼ੀ ਜ਼ਿਆਦਾ ਆ, ਤੁਸੀਂ ਵੇਖ ਸਕਦੇ ਹੋ, ਨੀਚੋਂ ਦੀ ਕਾਫ਼ੀ ਕੁਛ ਪਾਇਆ ਹੋਇਆ ਸਾਡੇ ਠੰਡ ਤੋਂ ਰੁਕਣ ਵਾਸਤੇ। ਹਾਲਾਂਕਿ ਮੌਸਮ ਵਿਭਾਗ ਦੀ ਚੇਤਾਵਨੀ ਸੀ ਕਿ ਪੰਜਾਬ ਵਿੱਚ ਬਾਰਿਸ਼ ਦਾ ਮੌਸਮ ਰਹੇਗਾ, ਪਰ ਹੁਣ ਇਹ ਮੌਸਮ ਕਿਸ ਤਰ੍ਹਾਂ ਦੀ ਕਰਵਟ ਬਦਲੇਗਾ ਇਹ ਕਿਹਾ ਨਹੀਂ ਜਾ ਸਕਦਾ। ਮਮਦੌੜ ਤੋਂ ਸੰਜੀਵ ਮੈਦਾਨ, ਤਲਵੰਡੀ ਸਾਬੋ ਤੋਂ ਲਖਵਿੰਦਰ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। 4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ UK, ਆਇਲਸ ਨਾਲ ਜਾਂ ਬਿਨਾਂ ਆਇਲਸ ਤੋਂ, ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ, ਜਾਂ ਸਾਨੂੰ ਕਾਲ ਕਰੋ 98156-0885 'ਤੇ।